ਤੇ ਅਸੀਂ ਜੋ ਬਣਦਾ ਆਪਦੇ ਤਰੀਕੇ ਨਾਲ ਕਾਰਵਾਈ ਕਰਗੇ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਉਹਨੇ ਜਾ ਕੇ ਅਬ ਮੈਂ ਤੋ ਆਪੇ ਆਇਆ ਅਰਦਾਸੀ ਅਰਵੀ ਅਰਜਾਂ ਦਿੱਤਾ ਹੋਵੇ ਜਾਂ ਆਮਾਦ ਦੇ ਤੌਰ ਤੇ ਪੁੱਤਰ ਰੱਖ ਲਾ ਠੀਕ ਹੈ ਕਹਿ ਬੁਲਾਉਂਦਾ ਸੀ ਕਿਰਜਿੰਦਰ ਕਹਿ ਕੇ ਬੁਲਾਉਂਦਾ ਸੀ ਪਹਿਲਾਂ ਤਾਂ ਹੀ ਉਹਨੇ ਬੇਟਾ ਕਹਿ ਕੇ ਹੀ ਬੁਲਾਇਆ ਹੂੰ ਠੀਕ ਆ ਤੇ ਪਰ ਮੈਂ ਜਿਆਦਾ ਆਪਣੀ ਬੋਲ ਚਾਲ ਦੇ ਤਹਿਤ ਗੱਲ ਨਹੀਂ ਨਾ ਉਹਨੇ ਤਾਂ ਗੱਲ ਹੀ ਸੁਣਨ ਦੇ ਹਿਸਾਬ ਨਾਲ ਕੀਤੀ ਮੈਂ ਕੋਟ ਵੱਲੋਂ ਮੁਲਾਜ਼ਮ ਆਇਆ ਹੂੰ ਜੇ ਤੁਹਾ ਆਪਣਾ ਰਿਸ਼ਤੇਦਾਰ ਹੁੰਦਾ ਤਾਂ ਫੇਰ ਹੀ ਆਪਾਂ ਨੂੰ ਬੁਲਾਉਂਦਾ ਨਾ ਘਰ ਦੇ ਵਿੱਚ ਆਇਆ ਕਰਦੇ ਵਿੱਚ ਘਰ ਦੇ ਵਿੱਚ ਆਇਆ ਜੀ ਉਹ ਤਿੰਨ ਵਾਰੀ ਦੋ ਵਾਰੀ ਦੋ ਵਾਰੀ ਲਗਾਤਾਰ ਆ ਗਿਆ ਤੀਜੀ ਵਾਰੀ ਉਹ ਬੰਦਾ ਆਉਂਦਾ ਕਿਸੇ ਅਣਪਛਾਤੇ ਬੰਦੇ ਨੂੰ ਨਾਲ ਲੈ ਕੇ 9522 ਨੂੰ ਅਣਪਛਾਤਾ ਵਿਅਕਤੀ ਕੌਣ ਸੀ ਅਸੀਂ ਨਹੀਂ ਜਾਣਦੇ ਉਹਦਾ ਬਾਈ ਫੇਸ ਤਾਂ ਸਾਨੂੰ ਪਤਾ ਲੱਗ ਗਿਆ ਸੀ ਮੁੰਡਾ ਕੋਈ ਨਾਲ ਆਇਆ ਉਹਦੇ ਕੋਲੇ ਵਿਸਲਾ ਇਸ ਬੰਦੇ ਕੋਲੇ ਵੀ ਵਿਸਲਾ ਗੱਡੀ ਸਪੀਡ ਨਾਲ ਆਉਂਦੀ ਤੇ ਸਪੀਡ ਨਾਲ ਮੋੜ ਕੇ ਉਹ ਬੰਦਾ ਸਟਾਰਟ ਹਾਲਦਾ ਕਿਉਂਕਿ ਜਦੋਂ ਪਹਿਲੀ ਵਾਰੀ ਆਉਂਦਾ ਗੇਟ ਨਹੀਂ ਲੱਗੇ ਹੁੰਦੇ ਦੂਜੀ ਵਾਰੀ ਜਦੋਂ ਆਉਂਦਾ ਉਦੋਂ ਗੇਟ ਲੱਗਿਆ ਹ ਐਕਸਟਰਾ ਕਹੋਂਦਾ ਮਤਲਬ ਕੱਚੀ ਰਸਤੇ ਤੇ ਤੁਹਾਡੇ ਘਰੇ ਆ ਜਾਂਦੇ ਹਾਂ ਜੀ ਤੇ ਇੱਥੇ ਮਿਸਤਰੀ ਲੱਗਿਆ ਕੰਮ ਚੱਲਦਾ ਉਹ ਰੂੜੀ ਵਗੈਰਾ ਕੋ ਕੁੱਟੀ ਜਾਂਦੇ ਆ ਮੁੰਡੇ ਦਰਮੰਡ ਤਾਂ ਕੁਛ ਪਾਈ ਜਾਂਦੇ ਆ ਤੇ ਉਹ ਬੰਦਾ ਇੱਥੇ ਮੰਝੇ ਡਾਏ ਹੁੰਦੇ ਆ ਤੇ 2 ਮਿੰਟ ਤੋਂ ਘੱਟਦਾ ਸਮਾਂ ਬੈਣਸਾਰ ਜਿਵੇਂ ਆਪਾਂ ਕਹਿੰਦੇ ਆ ਵੀ ਬੈਠਾ ਤੇ ਬੰਦਾ ਉੱਠ ਖੜਿਆ ਇੱਧਰ ਉੱਧਰ ਦੇਖ ਕੇ ਤੇ ਨਾਲ ਦੀ ਨਾਲ ਗੱਡੀ ਲੈ ਕੇ ਵਾਪਸ ਚਲਾ ਜਾਂਦਾ ਫਿਰ ਰਸਤੇ ਤੇ ਕਿੰਨੀ ਦੂਰ ਤੱਕ ਖੜਾ ਰਹਿਂਦਾ ਹੂੰ ਅਸੀਂ ਇੱਥੋਂ ਦੇਖਦੇ ਰਹਿਨੇ ਜੀ ਗੱਡੀ ਕਿੱਧਰ ਗਈ ਪਰ ਸਾਨੂੰ ਉਧਰ ਕਾਂ ਸਿੰਘਲ ਰੋਡ ਤੇ ਗਈ ਪਹਿਲੀ ਵਾਰ ਜਾਂ ਦੂਜੀ ਵਾਰ ਆਉਂਦਾ ਉਹ ਤੁਹਾਡੇ ਫੋਨ ਚ ਅਸੀਂ ਜੀ ਇਹ ਚੀਜ਼ ਨੋਟ ਨਹੀਂ ਕੀਤੀ ਕਿਉਂਕਿ ਪਬਲਿਕ ਬਹੁਤ ਕਰਦਾ ਹੋਵੇ ਪੁੱਤਰ ਤੁਸੀਂ ਆਏ ਨਹੀਂ ਜਾਂ ਕੁਝ ਬੇਟਾ ਜਾਂ ਕੋਈ ਸ਼ਬਦ ਵਰਤਦਾ ਹੈ ਤੁਹਾਡੇ ਲਈ ਨਹੀਂ ਨਹੀਂ ਸਾਡੀ ਫੋਨ ਤੇ ਨਹੀਂ ਕੋਈ ਗੱਲ ਹੁੰਦੀ ਜਿਉਂ ਨੇ ਕਿਤੇ ਫੋਨ ਕੀਤਾ ਚੈਟ ਕਦੋਂ ਸ਼ੁਰੂ ਕੀਤੀ ਇਹਨਾਂ ਨੇ ਚੈਟ ਨਹੀਂ ਕੀਤੀ ਜੀ ਉਹਨਾਂ ਨੇ ਮੰਨ ਲਾ ਵੀ ਇਹ ਬੰਦਾ ਜਦੋਂ ਚਲਿਆ ਜਾਂਦਾ ਇਹਨੂੰ ਬੰਦੇ ਨੂੰ ਅਸੀਂ ਲੱਭਣਾ ਸ਼ੁਰੂ ਕਰ ਦਿੰਦੇ ਇਹ ਬੰਦਾ ਜਾ ਕੇ 10 ਅਗਸਤ ਨੂੰ ਤਕਰੀਬਨ 10 ਅਗਸਤ ਤੋਂ ਲੈ ਕੇ ਐਸਾ ਹਾਂਜੀ ਹਾਂਜੀ ਫੋਨ ਕਰਦਾ ਸਵੇਰ ਜਦੋਂ ਫੋਨ ਕਰਦਾ ਸਾਨੂੰ ਇਸ ਬੰਦੇ ਤੇ ਪਹਿਲਾਂ ਹੀ ਸ਼ੱਕ ਹੁੰਦਾ ਜਿਸ ਦਿਨੇ ਬੰਦਾ ਪਿਸਤਲ ਲੈ ਕੇ ਆਉਂਦਾ ਉਹਦੇ ਇਸ ਬੰਦੇ ਦੀ ਅਸੀਂ ਪੂਰੀ ਪੈਰਵਾਈ ਕਰਦੇ ਹਾਂ ਭੈਣ ਭਰਾ ਨੂੰ ਦੱਸਦੇ ਵੀ ਅੱਜ ਬੰਦਾ ਨਿਯਾਇਜ ਬੰਦਾ ਲੈ ਕੇ ਤੇ ਹਥਿਆਰ ਲੈ ਕੇ ਆਇਆ ਸਾਨੂੰ ਇਹੀ ਡਾਊਟ ਆ ਵੀ ਸਾਨੂੰ ਇਹ ਬੰਦਾ ਮਾਰਨ ਦੇ ਇਰਾਦੇ ਨਾਲ ਤੇ ਜਾਂ ਸਾਨੂੰ ਕਨੈਪ ਕਰਨ ਦੇ ਇਰਾਦੇ ਨਾਲ ਆਇਆ ਵੀ ਸਾਨੂੰ ਇਹ ਚੀਜ਼ ਸ਼ੋਰ ਆ ਵੀ ਆਪਾਂ ਅਸਲਾ ਲੈ ਕੇ ਕਿਸੇ ਧਿਕਰ ਚੰਮ ਚੱਕ ਜਾਣਾ ਤੇ ਬੰਦੇ ਦੇਖ ਕੇ ਆਪਾਂ ਵਾਪਸ ਮੁੜੇ ਹੁਣ ਹੂੰ ਕਿਤਨੇ ਕਿਤਾ ਸਵਾਲ ਉੱਠਦਾ ਜੀ ਤੇ ਬੰਦੇ ਦੇਖੇ ਤਾਂ ਆਪਾਂ ਨਾਲ ਦੀ ਨਾਲ ਵਾਪਸ ਆ ਗਏ ਗੱਡੀ ਸਟਾਰਟ ੱਲਣ ਦਾ ਕੀ ਮਤਬਲਾ ਕੋਈ ਆਡੀਓ ਵੀਡੀਓ ਜੋ ਤੁਹਾਨੂੰ ਮੈਸੇਜ ਭੇਜਦਾ ਸੀ ਇਹ ਕਦੋਂ ਭਜਣੇ ਸ਼ੁਰੂ ਕੀਤੇ 10 ਅਗਸਤ ਨੂੰ ਇਹ ਸਵੇਰ ਫੋਨ ਆਇਆ ਤੇ ਮੈਂ ਫੋਨ ਚੱਕਿਆ ਤੇ ਕਹਿੰਦਾ ਹਰਜਿੰਦਰ ਗੱਲ ਕਰਦੀ ਆ ਮੈਂ ਕਿਹਾ ਹਾਂਜੀ ਤੇ ਮੈਂ ਕਿਹਾ ਅੰਕਲ ਜੀ ਤੁਸੀਂ ਕੌਣ ਤੇ ਕਹਿੰਦਾ ਮੈਂ ਤੁਹਾਡਾ ਗੁਰੂ ਸਾਹਿਬ ਤੋਂ ਰਿਸ਼ਤੇਦਾਰ ਮੈਂ ਕਿਹਾ ਜੀ ਸਾਡੀ ਕੋਈ ਰਿਸ਼ਤੇਦਾਰੀ ਨਹੀਂ ਗੁਰੂ ਸਾਹਿਬ ਮੈਨੂੰ ਆਵਾਜ਼ ਦੀ ਪਛਾਣ ਆ ਗਈ ਠੀਕ ਆ ਤੇ ਮੈਂ ਕਿਹਾ ਜਾਂ ਤਾਂ ਅੰਕਲ ਜੀ ਕੋਈ ਦੱਸੋ ਨਹੀਂ ਕਹਿੰਦਾ ਮੈਂ ਤੁਹਾਡਾ ਰਿਸ਼ਤੇਦਾਰ ਮੈਂ ਕਿਹਾ ਜਾਂ ਤਾਂ ਕੋਈ ਅਦਾ ਪੁਰਾਣਾ ਨੰਬਰ ਵਗੈਰਾ ਦੱਸੋ ਨਾ ਜਦੋਂ ਉਹਨਾਂ ਨੇ ਨੰਬਰ ਦਿੱਤਾ ਉਹ ਨੰਬਰ ਮੈਂ ਫਾਰਵਰਡ ਕਰਕੇ ਆਪਦੇ ਫੋਨ ਤੋਂ ਵੀ ਦੂਜੇ ਫੋਨ ਤੇ ਸੈਂਡ ਕੀਤਾ ਜਦੋਂ ਮੈਂ ਨੰਬਰ ਸਰਚ ਕੀਤਾ ਮੇਰੇ ਕੋਲੇ ਨੰਬਰ ਉਹ ਬਲੌਕਲਿਸਟ ਦੇ ਵਿੱਚ ਸ਼ੋ ਹੋ ਗਿਆ ਹੂੰ ਵੀ ਨੰਬਰ ਮੇਰੇ ਕੋਲੇ ਇਸ ਬੰਦੇ ਦਾ ਪਹਿਲਾ ਹੈਗਾ ਪਰ ਬਲੌਕ ਕੀਤਾ ਜਦੋਂ ਬਲੌਕ ਕੀਤਾ ਆਪਣੀ ਗੱਲਬਾਤ ਨਹੀਂ ਹੋਈ ਫਿਰ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਕੋਈ ਗੱਲ ਬਲੌਕ ਕਿਵੇਂ ਕਰਤਾ ਤੁਸੀਂ ਤੁਸੀਂ ਕਹਿੰਦੇ ਨਾਲੇ ਕਲੀ ਫੋਨ ਨਹੀਂ ਜਿਹੜਾ ਮੈਨੂੰ ਲੱਗੇ ਨਾ ਮੰਨ ਲਾ ਦੀ ਇਹ ਨਹੀਂ ਨੰਬਰ ਸਹੀ ਲੱਗਦਾ ਕਿਉਂ ਕਰਤਾ ਹੁਣ ਉਸ ਬੰਦੇ ਬਾਰੇ ਆਪਾਂ ਪਹਿਲਾਂ ਸ਼ੱਕ ਨਹੀਂ ਨਾ ਕੀਤਾ ਜੇ ਕਿਸੇ ਨੇ ਆਪਣ ਨੂੰ ਲਓ ਵੈਸੇ ਫੋਨ ਲਾਤਾ ਕੋਈ ਬੰਦਾ ਬਾਰ-ਬਾਰ ਫੋਨ ਲਾਉਂਦਾ ਮੈਂ ਆਪਨਾ ਮੇਰਾ ਉਹ ਮਕਸਦ ਨਹੀਂ ਸੀ ਮੈਂ ਉਸ ਚੀਜ਼ ਨੂੰ ਕਿਵੇਂ ਦੇਖਦੀ ਜਦੋਂ ਮੈਨੂੰ ਕਿਸੇ ਨੇ ਪਹਿਲਾਂ ਚੰਗਾ ਮਾੜਾ ਹੀ ਨਹੀਂ ਕਿਹਾ ਕੁਝ ਵੀ ਨਹੀਂ ਕਿਹਾ ਠੀਕ ਹੈ ਨਾ ਉਹ ਨੰਬਰ ਕੀ ਪਤਾ ਕਦੋਂ ਦਾ ਮੈਂ ਬਲੌਕ ਕਰ ਰੱਖਿਆ ਤੁਹਾਡੇ ਧਿਆਨ ਚ ਨਹੀਂ ਮਤਲਬ ਤੁਸੀਂ ਤੁਹਾਡੇ ਕਿਤੇ ਵੀ ਉਸ ਨੰਬਰ ਤੋਂ ਤੁਹਾਨੂੰ ਆਣ ਲੱਗਿਆ ਵੀ ਇਹ ਮੇਰੇ ਪੱਖ ਦਾ ਜਾਂ ਮੇਰੇ ਸੰਪਰਕ ਦਾ ਨੰਬਰ ਹੈ ਨਹੀਂ ਤੁਸੀਂ ਬਲੌਕ ਕੀਤਾ ਉਹਨੂੰ ਹਾਂ ਜੀ ਮੈਨੂੰ ਕੋਈ ਵੀ ਹੈ ਮੈਨੂੰ ਕੋਈ ਬਾਤ ਪਤਾ ਸੀ ਵੀ ਇਹ ਨੰਬਰ ਬਲੌਕ ਕੀਤਾ ਹੋਇਆ ਹੈ ਇਸੇ ਬੰਦੇ ਦਾ ਨੰਬਰ ਆ ਜਾਂ ਤੁਹਾਡੇ ਘਰੇ ਆ ਰਿਹਾ ਹੈ ਜਦੋਂ ਮੈਂ ਨੰਬਰ ਉਹਨਾਂ ਨੂੰ ਪੁੱਛਿਆ ਨਾ ਜੀ ਆਹ ਨੰਬਰ ਉਹਨਾਂ ਨੂੰ ਦੱਸਿਆ ਮੈਂ ਪੁੱਛਿਆ ਮੈਂ ਕਿ ਅੰਕਲ ਜੀ ਤੁਸੀਂ ਕੌਣ ਕਹਿੰਦਾ ਮੈਂ ਉਹੀ ਪੁਲਿਸ ਮੁਲਾਜ਼ਮ ਮੈਂ ਪਹਿਲਾਂ ਪੁੱਛਿਆ ਪਿਓ ਦਾ ਨਾ ਕੀ ਮੈਸੇਜ ਲਿਖਿਆ ਪੂਰਾ ਪੜ੍ਹ ਕੇ ਸੁਖਵਿੰਦਰ ਸਿੰਘ ਵਿਰਕ ਸੁਖਮਿੰਦਰ ਸਿੰਘ ਵਿਰਕ ਸੁਖਮਿੰਦਰ ਸਿੰਘ ਵਿਰਕ ਪੰਜਾਬ ਪੁਲਿਸ ਕਹਿੰਦਾ ਮੇਰੀ ਪਿੱਟਿਆ ਪਟਿਆਲੇ ਦੇ ਡਿਊਟੀ ਆ ਕਹਿੰਦਾ ਮੇਰੇ ਪਿਤਾ ਦਾ ਨਾਮ ਹੈਗਾ ਸਰਦਾਰ ਬਿਸ਼ਨ ਸਿੰਘ ਤੇ ਪਿੰਡੀ ਰੋਡ ਤੇ ਕਹਿੰਦਾ ਵੀ ਪਿੰਡੀ ਜਿਹੜੀ ਉਹ ਪਿੰਡੀ ਆ ਗੁਰੂ ਰਸਾ ਤੋਂ ਅੱਗੇ ਪੈਂਦੀ ਆ ਉਹਦੇ ਉੱਤੇ ਮੇਰੀਆਂ ਮੀਨ ਕੋਠਾਂ ਮੈਂ ਕਿਹਾ ਜੀ ਕੋਈ ਫੋਨ ਨੰਬਰ ਵਗੈਰਾ ਫਿਰ ਇਸ ਨੂੰ ਪਹਿਚਾਨਾਂਗੇ ਨਾ ਤੁਸੀਂ ਰਿਸ਼ਤੇਦਾਰ ਇਹ ਬੰਦੇ ਨੇ ਨੰਬਰ ਦੱਸ ਸੀ ਮੈਂ ਆਖੀ ਆਹ ਜੀ ਇਹ ਜਿਹੜੀ ਆ ਗੱਡੀ ਦਾ ਇਹ ਕਹੇ ਜੀ ਗੱਡੀ ਅਤਵਿੰਦਰ ਸਿੰਘ ਸਿਵਿਆ ਦੇ ਨਾਂ ਤੇ ਆ ਦੂਜੇ ਮਾਲਕ ਦੇ ਨਾਂ ਤੇ ਇਸ ਸਕਰੀਨਸ਼ਾਟ ਉਹਨਾਂ ਦੇ ਨੰਬਰ ਤੋਂ ਲੈ ਤੁਸੀਂ ਆ ਨਹੀਂ ਮੈਂ ਆਪਦੇ ਫੋਨ ਤੋਂ ਲੈਵੇਂ ਆਪਦੇ ਫੋਨ ਤੋਂ ਦਾ ਪਤਾ ਲਿਖ ਕੇ ਦੂਜੇ ਫੋਨ ਤੇ ਸੈਂਡ ਕਰਦਾ ਜਦੋਂ ਮੇਰੇ ਕਾਲ ਦੇ ਦੌਰਾਨ ਗੱਲ ਹੁੰਦੀ ਆ ਤਾਂ ਮੈਨੂੰ ਪੁੱਛਦੇ ਜੀ ਤੁਸੀਂ ਕੌਣ ਆ ਕਿੱਥੋਂ ਆ ਕੋਈ ਤੁਹਾਡਾ ਪੁਰਾਣਾ ਨੰਬਰ ਸਾਨੂੰ ਪਤਾ ਤਾਂ ਲੱਗੇ ਨੂੰ ਤੁਸੀਂ ਕੌਣ ਰਿਸ਼ਤੇਦਾਰ ਆ ਕਿਉਂਕਿ ਇਸ ਤੋਂ ਉਹਨਾਂ ਫੜਨਾ ਹੀ ਚਾਹੁੰਦੇ ਸੀਗੇ ਬੰਦੇ ਵਟਸਐਪ ਕਾਲ ਕਰਦਾ ਤੈਨੂੰ ਇਹ ਜੀ ਵਟਸ ਰਿਕਾਰਡਿੰਗ ਸੀ ਉਸ ਚੀਜ਼ ਦੀ ਸਾਡੇ ਕੋਲ ਡਰੈਕਟ ਕਾਲ ਜਿੱਦਾਂ ਆਉਂਦੀ ਹੈ ਫੇਰ ਬੁਣਹੇਂਦਰ ਰਿਕਾਰਡਿੰਗ ਵੀ ਹੁੰਦੇ ਫੇਰ ਪਹਿਲਾਂ ਸਾਡੀ ਕੋਈ ਰਿਕਾਰਡਿੰਗ ਨਹੀਂ ਸੀ ਨਾ ਸਾਨੂੰ ਦੂਰ ਦੂਰ ਤੱਕ ਪਤਾ ਸੀ ਵੀ ਇਹ ਬੰਦਾ ਸਾਡੇ ਪ੍ਰਤੀ ਗਲਤ ਅੱਖ ਰੱਖਦਾ ਤੇ ਸਾਨੂੰ ਇਹ ਬੰਦਾ ਫੇਰ ਫੋਨ ਕਰੂ ਤੇ ਫੇਰ ਸਾਡੇ ਨਾਲ ਅਟੈਚ ਹੋ ਜਿਹਦੇ ਉਦੇ ਗੱਲ ਹੁੰਦੀ ਤਾਂ ਮੈਂ ਸਾਫ ਸੁਥਰਾ ਕਹਿ ਦਿੰਨੀ ਮੈਂ ਕਿ ਅੰਕਲ ਜੀ ਨਾ ਸਾਨੂੰ ਅੱਜ ਤੋਂ ਬਾਅਦ ਫੋਨ ਕਰਿਓ ਨਾ ਮੈਸੇਜ ਕਰਿਓ ਜੇਕਰ ਤੁਸੀਂ ਫੋਨ ਮੈਸੇਜ ਕੀਤਾ ਤੇ ਆਪਦਾ ਤੁਸੀਂ ਹਿਸਾਬ ਲਾ ਲਿਓ ਤੇ ਮੈਂ ਤੁਹਾਡੇ ਤੇ ਬੰਦ ਦੀ ਕਾਰਵਾਈ ਕਰਾਂ ਉਹ ਵੀ ਮੈਂ ਕਹਿ ਦਿੰਨੀ ਹੈ ਵੀ ਜੇ ਤੁਸੀਂ ਦੁਬਾਰਾ ਸਾਡੇ ਘਰੇ ਆਏ ਠੀਕ ਆ ਉਹਨੇ ਉਹਨੇ ਬੰਦੇ ਨੇ ਇਹ ਵੀ ਕ ਮੈਂ ਕਹਾਂ ਜੀ ਦੁਬਾਰਾ ਘਰੇ ਆਏ ਮੈਂ ਕਹਾਂ ਜੀ ਗੱਡੀ ਥੋੜੀ ਸੀ ਭੰਨ ਦੇਣੀ ਹੈ ਤੇ ਤੁਹਾਨੂੰ ਲੈਣਾ ਬੰਨ ਮੈਂ ਕਹਾਂ ਸਾਨੂੰ ਤੁਸੀਂ ਨਜ਼ਾਇਰ ਡਿਸਟਰਬ ਕਰ ਦਿਓ ਸਾਡੇ ਰੋਕਣ ਦੇ ਬਾਬਾ ਜੀ ਉਦ ਵੀ ਤੁਸੀਂ ਤੀਜੀ ਵਾਰੀ ਸਾਡੇ ਘਰੇ ਆ ਚੁੱਕੇ ਹੋ ਪਹਿਲੀ ਵਾਰ ਤਾਂ ਮਲਾਜਮ ਬਣ ਕੇ ਦੂਜੀ ਵਾਰੀ ਉਸ ਨੂੰ ਅਸੀਂ ਮਨਣਾ ਕਰਤਾ ਜਦੋਂ ਫੇਰ ਰੋਕਣ ਦੇ ਬਾਬਾ ਜੀ ਉਦ ਵੀ ਉਹ ਬੰਦਾ ਘਰੇ ਆ ਗਿਆ ਤਾਂ ਉਹਦਾ ਕੀ ਹੱਲ ਆ ਹੂੰ ਠੀਕ ਆ ਨਾ ਉਸ ਤੋਂ ਬਾਅਦ ਉਹ ਬੰਦਾ ਫੋਨ ਉੱਪਰ ਹੀ ਜਾਂਦਾ ਡਾਇਰੈਕਟ ਉਹਦੇ ਨੰਬਰ ਤੋਂ ਤੁਹਾਡੇ ਨਾਲ ਜਿਹੜੇ ਸਕਰੀਨਸ਼ਾਟ ਹੋਣ ਉਹਦੀ ਕੋਈ ਹੈ ਫੋਟੋ ਸਿੱਧੇ ਉਹਦੇ ਮੋਬਾਈਲ ਤੋਂ ਸਕਰੀਨਸ਼ਾਟ ਲਾਇਆ ਹੁਣ ਮੇਰੇ ਆਪਣੇ ਫੋਨ ਫੋਨ ਆਇਆ ਵੇ ਜਾਂ ਆਡੀਓ ਮੈਸੇਜ ਜਾਂ ਕੋਈ ਨਹੀਂ ਉਹਦੇ ਹਜੇ ਮੈਂ ਸਕਰੀਨਸ਼ਾਟ ਤਾਂ ਨਹੀਂ ਮੇਰੇ ਕੋਲੇ ਆਡੀਓ ਵਗੈਰਾ ਹੈ ਨਹੀਂ ਸਕਰੀਨਸ਼ਾਟ ਕਿਹੰਦਾ ਹੈ ਫੋਨ 'ਚ ਲੈ ਕੇ ਰੱਖਿਆ ਉਹਦਾ ਪ੍ਰਿੰਟ ਨਹੀਂ ਕਢਵਾਇਆ ਜੀ ਬਬਲ ਆਖਦੇ ਵੀ ਲੱਗਦਾ ਪੇਜ ਉੱਥੇ ਹੀ ਪਿਆ ਉਹਦਾ ਨੰਬਰ ਕੀ ਆ ਜਿਹੜਾ ਤੁਹਾਨੂੰ ਫੋਕ ਕਾਲ ਕਰਦਾ ਤੁਹਾਨੂੰ ਕਿਹੜੇ ਨੰਬਰ ਤੋਂ ਕਾਲ ਆਉਂਦੀ ਹੈ ਸਾਨੂੰ ਜਾਂ ਦੋਨਾਂ ਨੰਬਰਾਂ ਤੋਂ ਹੀ ਕਾਲ ਆਉਂਦਗੀ 8283819497 61423194970 WhatsApp ਨੰਬਰ ਨੇ ਦੋਵੇਂ ਹਾਂਜੀ ਦੋਵੇਂ WhatsApp ਨੰਬਰ ਆ ਪਹਿਲਾਂ ਇਹ ਬੰਦਾ ਇਸ ਨੰਬਰ ਤੋਂ ਹੀ ਗੱਲ ਕਰਦਾ ਇਸ ਨੰਬਰ ਤੋਂ ਗੱਲ ਕਰਦਾ ਤੇ ਮੇਰੀ ਸਿਸਟਰ ਦਾ ਜਨਮ ਇਹਨੂੰ ਦਾ ਬਾਈ ਅੱਗੇ ਆਏ ਹੁੰਦੇ ਤੇ ਇਹ ਬੰਦਾ ਵੀਡੀਓ ਕਾਲਾਂ ਤੇ ਵੀਡੀਓ ਕਾਲਾਂ ਲਾਈ ਜਾਂਦਾ ਤੇ ਅਸੀਂ ਵੀਡੀਓ ਕਾਲ ਅਟੈਂਡ ਕਰ ਲੈਂਦੇ ਤੇ ਦੂਜੇ ਫੋਨ ਤੋਂ ਵੀਡੀਓ ਰਿਕਾਰਡਿੰਗ ਕਰਨੀ ਸ਼ੁਰੂ ਕਰ ਦਿੰਦੇ ਆ ਜਿਹਦੇ ਤਹਿਤ ਸਾਨੂੰ ਇਹ ਪਤਾ ਲੱਗਦਾ ਬਾਈ ਗੱਲ ਕਰਦਾ ਕਹਿੰਦਾ ਤੁਸੀਂ ਕੌਣ ਵੀ ਅਖੇ ਇਸ ਵੇਲੇ ਇੱਥੇ ਕੀ ਕਰਦੇ ਆ ਕਹਿੰਦਾ ਜੀ ਅਸੀਂ ਜਦੋਂ ਇਹਨੂੰ ਪਤਾ ਲੱਗਦਾ ਨਹੀਂ ਬੰਦੇ ਘਰ 'ਚ ਮੌਜੂਦ ਆ ਕਹਿੰਦਾ ਅਸੀਂ ਆ ਗਏ ਵਰਦੀ ਲਾ ਕੇ ਆ ਗਏ ਵਰਦੀ ਲਾ ਕੇ ਤੇ ਜਦੋਂ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਬ ਵੀ ਵੈਸੇ ਮੈਂ ਤਾਂ ਪਹਿਲਾ ਸ਼ਾਰਟਕਟ ਅਪਲੋਡ ਕੀਤੀ ਉਹ ਤੇ ਇਹ ਕਹਿੰਦਾ ਜੀ ਅਸੀਂ ਗੱਡੀ ਲੈ ਕੇ ਆ ਗਏ ਗੱਡੀ ਲੈ ਕੇ ਤੇ ਉਹ ਬਾਈ ਤੋਂ ਗੱਡੀ ਨੰਬਰ ਦੱਸਦਾ ਕਹਿੰਦਾ ਕਿ ਵੀ ਤੁਹਾਨੂੰ ਪਤਾ ਹੈ ਗੱਡੀ ਕੀ ਦੀ ਆ ਤਵਿੰਦਰ ਉਹ ਹੈਗੀ ਆ ਗੱਡੀ ਹੈਗੀ ਆ ਆਈ ਸ਼ੀਨਾ ਸਾਹਿਬ ਦੀ ਕ੍ਰਾਈਮ ਬ੍ਰਾਂਚ ਬਾਰਡਰ ਏਰੀਆ ਦੀ ਗੱਡੀ ਆ ਉਹ ਜਿਹੜੀ ਮੈਂ ਉਵੇਂ ਉਹਦੇ ਤੇ ਲਿਖ ਕੇ ਵੀ ਰੱਖ ਲਈ ਜਿਹੜਾ ਮੈਂ ਪਹਿਲਾਂ ਤੁਹਾਨੂੰ ਸਕਰੀਨਸ਼ਾਟ ਦਿਖਾਇਆਗਾ ਤੇ ਉਹ ਚ ਜਿਹੜੀ ਕਿ ਕਹਿੰਦਾ ਬਾਈ ਨੂੰ ਕਹਿੰਦਾ ਅਸੀਂ ਮਾੜੀ-ਮੋਟੀ ਹਸਤੀ ਨਹੀਂ ਤੇ ਕਹਿੰਦਾ ਮੈਂ ਸੀਐਮ ਪਗਵੰਤ ਸਿੰਘ ਬਾਈ ਕੌਣ ਮੇਰਾ ਭਰਾ ਆ ਬਾਈ ਇਥੋਂ ਨਾਲ ਕਰਪਾਲਕਿਆ ਤੋਂ ਸਕਦੇਵ ਉਹ ਕਹਿੰਦਾ ਮੈਂ ਮਾੜੀ ਮੋਟੀ ਹਸਤੀ ਨਹੀਂ ਗਈ ਤੇ ਕਹਿੰਦਾ ਅਖੇ ਮੈਂ ਸੀਐਮ ਭਗਵੰਤ ਸਿੰਘ ਮਾਨ ਦੇ ਨਾਲ 24 ਘੰਟੇ ਗਨਮੈਨ ਹੁੰਦਾ ਹੂੰ ਪਰ ਸਾਡੇ ਘਰ ਤੱਕ ਉਹਨਾਂ ਦਾ ਬਾਈ ਕਹਿੰਦਾ ਤੂੰ ਕੁੜੁੰਨ ਨੂੰ ਪਰੇਸ਼ਾਨ ਕਰਦਾ ਕਿਸੇ ਵੀ ਇਸਤੇ ਪਰੇਸ਼ਾਨ ਕਰਦਾ ਕਿਉਂ ਫੋਨ ਲਾਇਆ ਠੀਕ ਆ ਉਹਨੂੰ ਐਂ ਲੱਗਦਾ ਵੀ ਕਿਸੇ ਬੰਦੇ ਕੋਲ ਹੀ ਨੰਬਰ ਚੱਲ ਰਿਹਾਗਾ ਫੇਰ ਮੰਨ ਲਾ ਵੀ ਉਹ ਬੰਦਾ ਫੋਨ ਅਸੀਂ ਫੋਨ ਕੱਟ ਦਿੰਦੇ ਆ ਬਾਰ ਬਾਰ ਕਹਿੰਦਾ ਫੇਰ ਵੀ ਕਰੀ ਜਾਂਦਾ ਫੇਰ ਉਹ ਉਹਦੇ ਰਾਤ ਨੂੰ ਸਾਨੂੰ ਰਿਕਾਰਡਿੰਗ ਵੀਡੀਓ ਕਾਲ ਕਰਦਾ ਉਹ ਤੋਂ ਹਾਂਜੀ ਅਸੀਂ ਫੋਟੋ ਦਿਖਾਉਂਦਾ ਮੈਂ ਆਪਦੇ ਵੱਲੋਂ ਵੀਡੀਓ ਬੰਦ ਕਰ ਲੈਂਦਾ ਸਾਡੇ ਵੱਲੋਂ ਚੱਲੀ ਜਾਂਦੀ ਹੈ ਅੱਛਾ ਹਾਂ ਪਰ ਆਵਾਜ਼ ਤਾਂ ਹੁੰਦੀ ਹੈ ਨਾ ਕਿ ਇਹ ਆਵਾਜ਼ ਹੁੰਦੀ ਹੈ ਫੋਨ ਨੰਬਰ ਤਾਂ ਆਪਾਂ ਨੂੰ ਪਤਾ ਨਾ ਨੰਬਰ ਆਪਣੇ ਕੋਲੇ ਫੀਡ ਕੀਤਾ ਹੋਇਆ ਨੰਬਰ ਤੋਂ ਪਤਾ ਲੱਗ ਰਿਹਾ ਵੀ ਇਹ ਬੰਦਾ ਗੱਲ ਕਰਦਾ ਵੀਡੀਓ ਕਾਲ ਸਾਡੀ ਅਟੈਂਡ ਕੀਤੀ ਵੀ ਅਸੀਂ ਸਾਰੇ ਕੋਲੇ ਖੜੇ ਆ ਜਦੋਂ ਅਸੀਂ ਉਹ ਸਾਰੀ ਰਿਕਾਰਡਿੰਗ ਪੜ੍ਹਦੇ ਆ ਉਸ ਤੋਂ ਬਾਅਦ ਫੋਨ ਕੱਟਣ ਤੋਂ ਬਾਅਦ ਉਹ ਬੰਦਾ ਸਾਨੂੰ ਜੇ ਬਾਰ-ਬਾਰ ਫੋਨ ਕਰਨ ਦੇ ਬਾਅਦ ਉਹ ਰਿਕਾਰਡਿੰਗ ਭੇਜਦਾ ਮੈਂ ਕੈਨੇਡਾ ਬੈਠਾ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਬਾਈ ਨੇ ਕਿਹਾ ਤੂੰ ਕੁੜਮਾਂ ਨੂੰ ਕਿਉਂ ਪਰੇਸ਼ਾਨ ਕਰਨਾ ਤੇਰਾ ਕੀ ਮਕਸਦ ਆ ਸਾਨੂੰ ਮੀਨ ਗੱਲ ਦੱਸ ਤੇ ਉਸ ਤੋਂ ਬਾਅਦ ਦੋ ਤਿੰਨ ਦਿਨ ਇਹ ਬੰਦਾ ਕੋਈ ਫੋਨ ਮੈਸੇਜ ਨਹੀਂ ਕਰ ਰੇ ਥੋੜਾ ਥੋੜਾ ਆਵਦੀ ਅਸਲੀਅਤ ਤੇ ਉਤਰਨਾ ਸ਼ੁਰੂ ਕਰ ਦਿੰਦਾ ਫੋਨ ਨੰਬਰ ਮੈਸੇਜ ਭੇਜ ਤੇ ਕੁਝ ਵੀ ਅਸੀਂ ਦੱਸਦੇ ਆ ਅੰਕਲ ਜੀ ਸਾਡੀ ਆ ਸਥਿਤੀ ਆ ਨਹੀਂ ਤੁਸੀਂ ਇਹਦਾ ਕੋਈ ਬਾਇਓ ਡਾਟਾ ਘਟਾਇਆ ਕਿੱਥੋਂ ਦਾ ਰਹਿਣ ਵਾਲਾ ਅਮਰਤਸਰ ਦਾ ਹੀ ਫਾਰਨਲ ਸਬੰਧਤ ਹੈ ਕਿ ਇੱਥੇ ਹੀ ਰਹਿੰਦਾ ਨਹੀਂ ਇਸ ਟਾਈਮ ਇਹ ਬੰਦਾ ਆਸਟ੍ਰੇਲੀਆ ਬੈਠਾ ਹੀ ਸਾਨੂੰ ਨਹੀਂ ਪਤਾ ਇਹ ਕਿੰਨਵੀਂ ਵਾਰੀ ਗਿਆਗਾ ਇਹਦਾ ਇੱਕ ਬੇਟਾ ਆਸਟ੍ਰੇਲੀਆ ਤੇ ਇੱਕ ਕੈਨੇਡਾ ਦਾ ਤੁਸੀਂ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ ਉਸ ਤੋਂ ਪਹਿਲਾਂ ਇੱਕ ਤਾਂ ਹੁਣ ਤੁਸੀਂ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ ਹਾਂਜੀ ਇਹ ਉਸ ਤੋਂ ਪਹਿਲਾਂ ਕਦੇ ਕਿਹਾ ਦੇਖੋ ਜਦੋਂ ਇਹ ਬੰਦਾ ਤੁਹਾਨੂੰ ਬਾਰ-ਬਾਰ ਪਰੇਸ਼ਾਨ ਕਰੀ ਗਿਆ ਮੈਂ ਤੇਨਾਂ ਵਿਆਹ ਕਰਾਉਣਾ ਜੇ ਤੂੰ ਮੇਰੇ ਨਾਲ ਵਿਆਹ ਨਾ ਕਰਾਇਆ ਮੈਂ ਤੈਨੂੰ ਚੱਕ ਕੇ ਲੈ ਜਾਣਾ ਤੇਰੇ ਪਿੰਡ ਦੇ ਵਿੱਚ ਬੰਦੇ ਇਨਵੋਲ ਵਾ ਠੀਕ ਆ ਤੇ ਮੈਂ ਜਿੱਥੋਂ-ਜਿੱਥੋਂ ਮੈਨੂੰ ਡਾਊਟ ਸੀ ਉਹ ਚੀਜ਼ਾਂ ਮੈਂ ਉਹਨੂੰ ਲਿਖਣ ਦਾ ਬੰਦੇ ਨੂੰ ਸ਼ੁਰੂ ਕੀਤੀਆਂ ਉਹ ਕਹਿੰਦਾ ਅੱਛਾ ਤੂੰ ਇਹਦਾ ਮਤਲਬ ਮੇਰੇ ਤੱਕ ਪਹੁੰਚ ਹੀ ਗਈ ਤੇ ਕਹਿੰਦਾ ਕਿ ਤੂੰ ਕੁਝ ਨਹੀਂ ਕਰ ਸਕਦੀ ਜਗਮੀਤ ਸਿੰਘ ਬਰਾੜ ਕਹਿੰਦਾ ਵੀ ਡੀਸੀ ਦਾ ਪੀਏ ਲੱਗਿਆ ਤੇ ਉਹ ਬੰਦਾ ਸਾਡੀ ਸੱਜੀ ਬਾਹ ਤੇ ਉਹ ਬੰਦਾ ਇਸ ਕੇਸ ਦੇ ਵਿੱਚ ਮਦਦ ਕਰਦਾ ਤੇਰਾ ਸੀ ਕੁਝ ਨਹੀਂ ਬੰਦ ਦੇਣਾ ਠੀਕ ਆ ਫਿਰ ਮੈਨੂੰ ਕਹਿੰਦਾ ਕਿ ਜੀਮ ਸਿੰਘ ਬਰਾੜ ਕੌਣ ਆ ਉਹ ਤਾਂ ਉਹਦੇ ਦੱਸਣ ਦੀ ਗੱਲ ਹੈ ਡੀਸੀ ਦਾ ਪੀਏ ਆ ਕੋਈ ਹਮ ਆਪਾਂ ਤਾਂ ਨਹੀਂ ਜਾਣਦੇ ਨਾ ਨਹੀਂ ਜੀ ਇਹ ਨਹੀਂ ਪਤਾ ਕਿੱਥੇ ਆ ਹਮ ਇਹ ਨਹੀਂ ਪਤਾ ਕਿੱਥੇ ਆ ਹਮ ਪੀਏ ਜ਼ਰੂਰ ਆ